ਪਹਿਲਾਂ ਦਿਖਾਈ ਆ ਉਹ ਵੀ ਸਿਰਫ ਡੀਜ਼ਲ ਟੈਂਕ ਵੀ ਜਿਹੜਾ ਦਾ ਇਹਦੇ ਸ਼ੀਲਡ ਦੇ ਵਿੱਚੇ ਕਵਰ ਕਰਿਆ ਹੋਇਆ ਦੇਖੋ, ਕਿਤੇ ਵੀ ਕੋਈ ਡੀਜ਼ਲ ਜਾਂ ਕੁਛ ਵੀ ਚੋਰੀ ਹੋਣ ਦੇ ਚਾਂਸ ਬਹੁਤ ਘੱਟ ਆ। ਪੰਜ ਗੇਅਰਾਂ ਵਾਲਾ ਗੇਅਰਾ ਲੱਗਿਆ ਹੋਇਆ ਇਹਨੂੰ, ਤੇਲ 'ਚ ਬ੍ਰੇਕਾਂ ਇਹਦੀਆਂ, ਆਹ ਦੇਖੋ ਡਰੰਮ ਲੱਗੇ ਹੋਏ ਉੱਧਰ ਲੱਗਿਆ, ਇੱਕ ਉਹ ਚੱਕੇ ਦਾ ਉੱਧਰ ਲੱਗਿਆ, ਇੱਧਰਲੇ ਚੱਕੇ ਆਹ ਲੱਗਿਆ ਹੋਇਆ। ਪੰਜ ਗੇਅਰ ਅੱਗੇ ਵਾਲੇ, ਇੱਕ ਬੈਕ, ਛੇ ਗੇਅਰੀ ਮਸ਼ੀਨ ਆ ਇਹ, ਸਿੰਗਲ ਲੀਵਰ ਆ ਬਾਈ। ਆਹ ਦੇਖ ਲਓ ਜਿਵੇਂ ਤੁਸੀਂ ਜੌਂਡੀਆ ਦਾ ਦਿਖਾਏ ਤੁਹਾਨੂੰ ਆਪਾਂ ਨੇ, ਆਹ ਲੀਵਰ ਲੱਗਿਆ ਹੋਇਆ, ਤੁਸੀਂ ਹੁਣ ਦੇਖੋਗੇ ਵੀ ਕਾਹਦਾ ਹੈ ਇਹ ਬਾਈ। ਔਗਰ ਅਨਲੋਕ, ਇਹਦਾ ਮਤਲਬ ਵੀ ਜੇ ਖੋਲ੍ਹਣਾ ਹਾਈਡਰੋਲਿਕ ਔਗਰ ਹੈ ਜਿਹੜਾ, ਉਹਦਾ ਲੀਵਰ ਵੀ ਇਹਦੇ ਵਿੱਚੇ ਦਿੱਤਾ ਗਿਆ। ਇਹ ਚਾਰ ਸਟਾਰ ਬੱਕਰਾਂ ਵਾਲੀ ਮਸ਼ੀਨ ਆ, ਆਹ ਦੇਖੋ ਚਾਰ ਸਟਾਰ ਬੱਕਰ ਇਹਦੇ ਵਿੱਚ ਛੋਟੀ, ਇਹ ਥੱਲੇ ਜਿਹੜੀ ਹਰੀ ਹਰੀ ਸ਼ੀਲਡ ਦਿਖਦੀ ਤੁਹਾਨੂੰ, ਇਹ ਥੱਲੇ ਲੱਗ ਰਹੇ ਨੇ, ਜਿਹੜੇ ਔਗਰ ਜਿਹਾ ਖੁੱਲ੍ਹਣਾ ਆ ਉੱਪਰ ਵਾਲੇ, ਜਿਹੜਾ ਕਰਤਾਰ ਡੀਲੈਕਸ ਲਿਖਿਆ ਹੋਇਆ, ਇਹ ਪੂਰਾ ਔਗਰ ਦੇ ਨਾਲ ਖੁੱਲ੍ਹਣਾ। ਜਿਹੜੇ ਤਿੰਨ ਤਿੰਨ ਫੋਡੇ ਆ ਇਹਦੇ, ਪਹਿਲੇ ਤਿੰਨ ਫੋਡੇ, ਇੱਕ ਦੋ ਤਿੰਨ ਫੋਡੇ, ਆਪਾਂ ਕਹਿਣ ਦਾ ਭਾਵ ਮਤਲਬ ਫੋਲਡ ਕਰ ਸਕਦੇ ਹਾਂ। ਆਹ ਲਓ ਫੋਲਡ ਹੋ ਗਈ ਪੌੜੀ, ਜਿਵੇਂ ਆਪਾਂ ਬੈਕ ਬੁੱਕ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਸਵਾਗਤ ਆ ਤੁਹਾਡਾ ਨਿੰਦਰ ਰੱਤੋਂ ਯੂਟਿਊਬ ਚੈਨਲ 'ਤੇ। ਲਓ ਜੀ ਬਾਈ, ਤੁਸੀਂ ਪਿਛਲੀ ਵੀਡੀਓ ਸਾਡੀ ਦੇਖੀ ਤੀ, ਜਿਵੇਂ LX ਦਾ ਰਿਵਿਊ ਕਰਿਆ ਤਾ ਆਪਣੇ ਕਰਤਾਰ 4000 ਦਾ, ਅੱਜ ਆਪਾਂ DLX ਕੰਬਾਈਨ ਦਾ ਫਸਟ ਰਿਵਿਊ ਆ ਸਾਡੇ ਚੈਨਲ 'ਤੇ। ਪਹਿਲਾਂ ਆਪਾਂ LX ਤੁਹਾਨੂੰ ਮਾਡਲ ਦਿਖਾਏ ਹਾਂ, ਅੱਜ ਆਪਾਂ 2023 ਮਾਡਲ LX ਦੇਖਾਂਗੇ, ਨਾਲੇ ਦੇਖਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ, ਕਰਾਂਗੇ ਰਿਵਿਊ, ਕਰਦੇ ਹਾਂ ਵੀਡੀਓ ਸਟਾਰਟ। ਔਰ ਸਾਡੇ ਚੈਨਲ 'ਤੇ ਮੇਰਾ ਵੀਰ ਜਿਹੜੇ ਨਵੇਂ ਆਏ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹੋਰ ਵੀ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਚਲੋ ਜੀ ਹੁਣ ਕਰਦੇ ਹਾਂ ਵੀਡੀਓ ਸਟਾਰਟ। ਇਹ ਖੜੀ ਆ ਕਰਤਾਰ DLX ਮਾਡਲ, ਇਹ ਵੀ ਪਹਿਲਾਂ ਤੁਹਾਨੂੰ ਆਲੇ ਦੁਆਲੇ 'ਤੇ ਮਸ਼ੀਨ ਦਿਖਾ ਦਈਏ, ਫਿਰ ਆਪਾਂ ਕਰਦੇ ਹਾਂ ਇਹਦੀ ਗੱਲਬਾਤ ਜੋ ਵੀ ਹੈਗੀ ਆ ਕੰਬਾਈਨ ਦੇ ਵਿੱਚ, ਕਿੱਦਾਂ ਦੀ ਕੰਬਾਈਨ ਆ, ਕਿਆ ਰੂਲ ਫੰਕਸ਼ਨ ਹੈ 'ਚ, DLX LX ਨਾਲੋਂ ਕੀ ਫਰਕ ਹੈ, ਇਹਦਾ ਕਿਆ ਮਾਡਲ ਦੇ ਵਿੱਚ ਫਰਕ ਆ, ਜਾਂ ਚੱਲਣੇ 'ਚ ਫਰਕ ਆ, ਜੋ ਵੀ ਫਰਕ ਆ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ 'ਚ ਕੀ ਬਦਲਾਅ ਹੋਇਆ ਜਿਹੜਾ 23 ਮਾਡਲ ਕੰਬਾਈਨ DLX ਮਾਡਲ ਆ। ਬਾਕੀ ਸਾਰੀ ਗੱਲਬਾਤ ਕਰਾਂਗੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਬਾਈ ਜਿਹੜੀ ਕੰਬਾਈਨ ਆ ਅਤੇ DLX ਤੁਹਾਨੂੰ ਦਿਖਾ ਰਹੇ ਹਾਂ, ਇਹ 41 ਇੰਚੀ ਦੇ ਵਿੱਚ DLX ਮਾਡਲ ਆ ਕਰਤਾਰ ਦਾ। ਇਹ ਜਿਹੜੀ ਆਪਾਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਈ ਤੀ ਨਾ, ਉਹ ਹੈਗੀ ਤੀ LX 51 ਇੰਚੀ, ਇਹ ਹੈਗੀ ਆ ਆਪਣੇ 41 ਇੰਚੀ। ਇਹਦੇ ਜਿਵੇਂ ਆਪਣੇ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ ਫੀਟਰ ਦੀ ਚੈਨ ਤੋਂ, ਇਹਦੇ ਤਿੰਨ ਗੇਅਰ ਲੱਗੇ ਹੋਏ ਆ, ਤਿੰਨੇ ਚੈਨਾਂ, ਜਿਵੇਂ ਤੁਸੀਂ ਉਹਦੇ ਦੇਖਿਆ ਤਾਂ ਵੀ ਚਾਰ ਚੈਨਾਂ ਗੱਲ ਉਹਦਾ ਉਹ ਕਰਿਆ ਹੋਇਆ, ਤਾਂ ਇਹਦੇ ਤਿੰਨ ਚੈਨਾਂ। ਉਹ ਤੋਂ ਬਾਅਦ ਸਿਸਟਮ ਸਾਰਾ ਜਾਣੀ ਉਹ ਸੇਮ ਹੈ ਇਹਨਾਂ ਦਾ, ਉਹਦਾ ਇਹਦਾ ਮੋਰਨੀ ਟਾਈਪ ਕਟਰ ਪੈਂਦਾ ਇਹਦਾ ਵੀ, ਬਾਕੀ ਹੋਰ ਸਾਰਾ ਲਗਭਗ ਸਿਸਟਮ ਉਹੀ ਹੈ ਜਿਵੇਂ ਸਟੀਲੀ ਤੁਹਾਨੂੰ ਦੱਸਿਆ, ਪਹਿਲਾਂ ਵੀ ਦੱਸ ਕੇ ਹਟਿਆ ਮੈਂ ਵੀ ਕੋਈ ਫਰਕ ਨਹੀਂ ਹੈਗਾ, ਬੁਲੀਆਂ ਵੀ ਉਹੀ ਆ, ਸਾਰਾ ਸਿਸਟਮ ਇੱਕੋ ਸਾਰ ਦਾ, ਕੋਈ ਉਹ ਨਹੀਂ। ਬਾਕੀ ਜਿਹੜੀਆਂ ਚੀਜ਼ਾਂ 'ਚ ਬਦਲਾਓ ਆ ਇਹਦੇ, ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖੋ ਇੱਧਰ ਜਿਵੇਂ ਆਪਣੇ ਗੇਅਰ ਬਕਸ ਆ, ਉਹਦੇ ਹੈਗਾ ਤਾ LX ਵਾਲਾ ਸਵਰਾਜ ਵਾਲਾ, ਇਹਦੇ ਹੈਗਾ ਪੰਜ ਗੇਅਰਾਂ ਵਾਲਾ ਗੇਅਰਾ ਲੱਗਿਆ ਹੋਇਆ ਇਹਨੂੰ, ਤੇਲ 'ਚ ਬ੍ਰੇਕਾਂ ਇਹਦੀਆਂ, ਆਹ ਦੇਖੋ ਡਰੰਮ ਲੱਗੇ ਹੋਏ ਉੱਧਰ ਲੱਗਿਆ, ਇੱਕ ਉਹ ਚੱਕੇ ਦਾ ਉੱਧਰ ਲੱਗਿਆ, ਇੱਧਰਲੇ ਚੱਕੇ ਆਹ ਲੱਗਿਆ ਹੋਇਆ। ਉਹ ਤੋਂ ਬਾਅਦ ਇਹਦੀ ਜਿਹੜੀ ਡਾਇਰੈਕਸ਼ਨ ਆ, ਇਹ 'ਚ ਵੀ ਫਰਕ ਆ, ਜ਼ਿਆਦਾ ਬਹੁਤ ਜ਼ਿਆਦਾ ਫਰਕ ਆ। ਬਾਕੀ ਉਹ ਵੀ ਤੁਹਾਨੂੰ ਜਿੱਦਣ ਆਪਾਂ ਖੋਲ੍ਹਾਂਗੇ ਡਾਇਰੈਕਸ਼ਨ ਕਿਤੇ, ਫਿਰ ਤੁਹਾਨੂੰ ਅੰਦਰ ਇੰਡਸਟਰੀ ਦੇ ਅੰਦਰ ਦਿਖਾਵਾਂਗੇ ਕਰਤਾਰ ਦੇ। ਉਹ ਤੋਂ ਬਾਅਦ ਜਿਹੜਾ ਦਾ ਕਲਰ ਆ, ਕਲਰ ਦੇ ਵਿੱਚ ਥੋੜ੍ਹਾ ਜਿਵੇਂ ਇੱਕ ਦੋ ਪੁਆਇੰਟ ਇਹਦੇ ਜਿਵੇਂ ਚੇਂਜਰ ਹੋ ਗਿਆ, ਆਪਣੇ ਫਲੈਟ ਪੋਲਾ ਹੋ ਗਿਆ, ਇਹ ਥੋੜ੍ਹੇ ਜਿਹੇ ਗ੍ਰੇ ਟਾਈਪ ਕੀਤੇ ਗਏ ਆ, ਵੀ ਮਤਲਬ ਨਵੇਂ DLX ਮਾਡਲ 'ਚ ਇਹੀ ਫਰਕ ਆ। ਕਈ ਵੀਰ ਸਾਨੂੰ ਕਮੈਂਟ ਕਰਕੇ ਕਹਿੰਦੇ ਨੇ ਬਾਈ DLX ਦੇ ਉਹ 'ਚ ਕੀ ਫਰਕ ਆ, ਇਹੀ ਫਰਕ ਆ ਵੀਰੇ 'ਚ। ਬਾਕੀ ਜਿਹੜੀ ਦੀ ਕਲੱਚ ਪਲੇਟ ਆ ਉਹ ਤੋਂ ਸੇਮ ਹੀ ਹੁੰਦੀ ਆ, ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਠੀਕ ਹੈ ਜੀ। ਬਾਕੀ ਆਪਣੇ ਬਲੋਰ ਅਸੈਂਬਲੀ ਆ ਗਈ, ਇਹ ਵੀ ਪੁਲੀਆਂ ਸੇਮ ਆ। ਉਹ ਤੋਂ ਬਾਅਦ ਆਪਾਂ ਇੰਜਣ ਦੇ ਵੀ ਚੱਲਦੇ ਹਾਂ, ਤੁਹਾਨੂੰ ਇੰਜਣ ਦੇ ਲੈ ਕੇ ਚੱਲਦੇ ਹਾਂ ਹੁਣ। ਆਪਾਂ ਔਗਰ ਵੀ ਦਿਖਾਵਾਂਗੇ, ਇਹਦਾ ਆਟੋਮੈਟਿਕ ਔਗਰ 41 ਇੰਚੀ ਕੰਬਾਈਨ ਆ ਇਹ, ਜਿਹੜੀ ਹੈਗੀ ਆ ਨਾ ਆਪਣੇ ਟੂਲ ਨੂੰ ਇਹਦੇ ਵੀ ਉੱਕਣੇ, ਜਿਵੇਂ ਮੰਨ ਲਓ ਜਿੰਦਾ ਲੱਗਦਾ ਕਰਿਆ, ਪਰ ਇਹਦੀ ਇੱਕ ਉਹ ਆ ਵੀ ਜਾਣੀ ਸਾਰੀ ਜਿਹੜੀ ਮਸ਼ੀਨ ਆ ਇਹ ਸ਼ੀਲਡਾਂ ਦੇ ਵਿੱਚ ਕਵਰ ਹੁੰਦੀ ਆ, ਇਹ ਭੋਰਾ ਵੀ ਜਿਵੇਂ ਆਪਾਂ ਲਾ ਦਿੰਦੇ ਹਾਂ ਨਾ ਸ਼ੀਲਡ, ਤਾਂ ਆਪਾਂ ਨੂੰ ਬਿਲਕੁਲ ਵੀ ਟੂਲ ਜਾਂ ਹੋਰ ਕੋਈ ਐਡਜਸਟਮੈਂਟ ਨਹੀਂ ਹੋਊਗੀ ਵੀ ਇੱਥੇ ਟੂਲ ਆ ਕਿਆ ਏ। ਬਾਕੀ ਜਿਹੜੀ ਸਟੇਅਰਿੰਗ ਵਾਲਾ ਜੈਕ ਆ, ਇਹਦੇ ਵੀ ਦੂਆ ਹੀ ਲੱਗਿਆ ਹੋਇਆ, ਸਾਦਾ ਜੈਕ ਜਿਹੜਾ ਪਹਿਲਾਂ ਹੁੰਦੇ ਤੇ ਮੋਰਨੀ, ਨਵੇਂ ਮਾਡਲ 'ਚ ਇਹ ਸੇਮ ਏ ਆ, ਠੀਕ ਹੈ ਜੀ। ਬਾਕੀ ਦੇ ਜਿਹੜੇ ਟਾਇਰ ਆ ਉਹ
ਸੀਐਟ ਦੇ ਆ ਮਗਰਲੇ। ਬਾਕੀ ਹੋਰ ਤੁਹਾਨੂੰ ਮੈਂ ਵਿੱਚ ਤੇ ਸੀਪਾਂ ਸਟਾਵਕਰ ਪਲੇਟਾਂ ਗੁਟਕੇ ਜਿਹੜੇ ਵੀ ਜੋ ਵੀ ਕਵਰ ਕਰਿਆ ਹੋਇਆ ਪੂਰਾ ਐਨ ਗੁਟਕੇ ਉਹਦੇ ਪੱਤੀ ਦੇ ਵਿੱਚ ਕਵਰ ਕਰਕੇ ਲਾਏ ਗਏ ਆ ਨਵੇਂ ਮਾਡਲ ਦੇ ਵਿੱਚ। ਇਹ ਸਟੀਲੀ ਨਾਟ ਆ ਜਿਹੜੇ ਸਾਰੇ, ਇਹ ਤਾਂ ਤੁਹਾਨੂੰ ਮੈਂ ਪਹਿਲੇ ਹੀ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਇਹਦੇ ਸਟੀਲੀ ਆ, ਬਾਕੀ ਪਿਛਲਾ ਸਿਸਟਮ ਵਿੱਚ ਵਾਲਾ ਸਭ ਸੇਮ ਆ। ਹੁਣ LX ਦਾ ਤੁਹਾਨੂੰ ਦਿਖਾਉਂਦੇ ਆ ਵੀ ਜਿਹੜਾ ਪੂੰਛ 'ਚ ਥੋੜ੍ਹਾ ਜਿਹਾ ਬਦਲਾਓ ਆ। ਵੈਸੇ ਛੋਟੀ ਤਾਂ ਤੁਹਾਨੂੰ ਤਾਂ ਲੱਗਦੀ ਆ ਨਾ, ਇਹ 41 ਇੰਚੀ ਆ। ਬਾਕੀ ਜਿਹੜੀਆਂ ਬੈਕ ਬੱਤੀਆਂ ਉਹ ਵੀ ਥੋੜ੍ਹੀਆਂ ਜਿਹੀਆਂ ਬਦਲਾਓ 'ਚ ਕਰੀਆਂ ਗਈਆਂ, ਉੱਪਰ ਲਾਤੀਆਂ LED, ਠੀਕ ਹੈ ਜੀ। ਚਲ ਉੱਧਰ ਤੋਂ ਤੁਹਾਨੂੰ ਦਿਖਾਉਣਾ, ਕਟਰ ਦੀ ਜਾਣਕਾਰੀ ਵੀ ਦੇਵਾਂਗੇ, ਕਟਰ ਦੀ ਦਿੰਦੇ ਹਾਂ ਬਾਅਦ 'ਚ। ਪਹਿਲਾਂ ਆਪਾਂ ਮਸ਼ੀਨ ਦੀ ਜਿਹੜੀ ਰਿਵਿਊ ਉਹ ਕਰ ਲਈਏ। ਬਾਕੀ ਦੇਖੋ ਸਭ ਤੋਂ ਸ਼ਾਨਦਾਰ ਜਿਹੜਾ ਇਹਦਾ ਪੂੰਛ ਆ, ਕਿੰਨੀ ਸੋਹਣੀ ਲੱਗਦੀ ਆ। ਔਰ ਪਿਛਲੇ ਪਾਸੇ ਪੂੰਛ 'ਤੇ ਕਰਤਾਰ ਦਾ ਲੋਗੋ ਲੱਗ ਕੇ ਜਿਹੜੀ ਵਿੱਚ ਡਿਜ਼ਾਇਨਿੰਗ ਹੋਈ ਆ, ਕਿੰਨੀ ਸੁੰਦਰ ਲੱਗਦੀ ਆ। ਉਹ ਤੋਂ ਬਾਅਦ ਜਿਹੜੀ ਇਹਦੀ ਪੌੜੀ ਆ ਉੱਪਰ ਨੀਚੇ ਜਾਣ ਵਾਲੀ, ਇਹ ਲੌਕ ਲੱਗਿਆ ਹੋਇਆ। ਪਿੱਛੇ ਵਾਲੀ ਪੌੜੀ ਵੀ ਇਹਦੀ ਉੱਪਰ ਇਕੱਠੀ ਹੁੰਦੀ ਆ ਸਾਰੀ, ਟੋਟਲ ਇਕੱਠੀ ਹੋਣ ਤੋਂ ਬਾਅਦ ਵੀ ਥੱਲੇ ਜਿਵੇਂ ਆਪਾਂ ਬੈਕ ਬੁੱਕ ਕਰਦੇ ਹਾਂ ਉਹ 'ਚ ਕੋਈ ਦਿੱਕਤ ਸਮੱਸਿਆ ਨਹੀਂ ਆਉਂਦੀ ਫਿਰ ਚੱਕੀ ਹੋਈ 'ਚ। ਬਾਕੀ ਇਹਦੀਆਂ ਕਰੈਂਕਾਂ ਉਹ ਵੀ ਇਹਦੀਆਂ 6 ਨੰਬਰ ਕਰੈਂਕਾਂ, ਛੋਟੀ ਆ ਨਾ ਇਹ, 41 ਇੰਚੀ ਆ ਨਾ ਇਹ, ਉਹਦੇ ਕਰਕੇ ਇਹ ਆਪਣੀ ਹਵਾ ਵਾਲੀ ਪ੍ਰੈਸ਼ਰ ਹੋ ਗਿਆ। ਡੀਜ਼ਲ ਟੈਂਕ ਸੇਵੇਂ ਆ 380 ਲੀਟਰ ਦਾ। ਉਹ ਤੋਂ ਬਾਅਦ ਆਟੋ ਕਲੀਨਰ, ਇਹ ਵੀ ਆਟੋ ਕਲੀਨਰ ਆ, ਆ ਦੇਖੋ ਵੀ ਸਾਰਾ ਆਟੋ ਕਲੀਨਰ ਮਸ਼ੀਨ ਹੈ ਇਹ ਵੀ। ਬਾਕੀ ਐਲੀਵੇਟਰ ਆ ਜਿਹੜੇ, ਆ ਸ਼ੀਲਡਾਂ ਦੇ ਲੌਕ ਆ ਜਿਹੜੇ, ਇਹ ਵੀ ਸਟੀਲੀ ਟਾਈਪ ਹੈ ਮੰਨ ਲਓ, ਜਿਹੜੇ ਵਿੰਗੇ ਟੇਡ ਆ ਵੀ ਸਟੀਲ ਨਾਲੀ ਹੈ ਜਿਹੜੀ ਆਪਣੀ, ਉਹਦੇ ਵਾਲੀ ਆਇਲ ਕੱਢਣੇ ਵਾਲੀ, ਠੀਕ ਹੈ ਜੀ। ਸਟਿੱਪਣੀ ਸਟੈਂਡ, ਸੀਐਟ ਦੇ ਟਾਇਰ, ਐਲੀਵੇਟਰ ਵਾਇਰਿੰਗ 7 ਨੰਬਰ ਨਾ 6 ਨੰਬਰ ਵਾਇਰਿੰਗ, ਬਲੋਰ ਵਾਲਾ ਹੋ ਗਿਆ 7 ਨੰਬਰ। ਅਸੈਂਬਲੀ ਦੀਆਂ ਜਿਹੜੀਆਂ ਗਰਾਰੀਆਂ ਇਹਦੀਆਂ ਵੀ ਬਾਈ ਸੇਮ ਟੂ ਸੇਮ ਸਟੀਲੀ ਗਰਾਰੀਆਂ, ਬਸ ਸਿਸਟਮ ਉਹੀ ਆ ਸਾਰਾ, ਬਸ ਇਹ ਥੋੜ੍ਹੀ ਜਿਹੀ ਛੋਟੀ ਆ। ਇੱਕ ਇਹ ਡੀਲੈਕਸ ਮਾਡਲ ਆ, ਕਲਰ 'ਚ ਫਰਕ ਆ ਥੋੜ੍ਹਾ ਜਿਹਾ, ਜਿਵੇਂ ਦੇਖੋ ਕਲਰ ਆ ਇਹ 'ਚ। ਹੁਣ ਆਪਾਂ ਦੇਖਦੇ ਹਾਂ ਗ੍ਰੇ ਕਲਰ, ਠੀਕ ਹੈ ਜੀ। ਜਿਹੜੇ ਆਪਾਂ ਨਵੇਂ ਮਾਡਲ 'ਚ LX ਮਾਡਲ ਆ ਉਹ 'ਚ ਤੁਹਾਨੂੰ ਹਰਾ ਹੀ ਮਿਲੂਗਾ ਸਭ ਕੁਛ। ਉਹਦੇ ਬਾਅਦ ਮੁਰਲੇ ਟਾਇਰ ਆ ਜਿਹੜੇ MRF ਦੇ, ਇਹ ਵੀ ਉਹ ਸੇਮ ਆ ਟਾਇਰ ਵੀ, ਬਾਕੀ ਬਲੋਰ ਹੋ ਗਿਆ ਜਿਹੜਾ ਡਰਾਈਵਰ ਦੀ ਸੇਫਟੀ ਵਾਸਤੇ ਆ। ਨਵੇਂ ਡੀਲੈਕਸ ਮਾਡਲ 'ਚ ਜਿਹੜੀ ਆਪਾਂ ਨੂੰ ਲਾਈਟਿੰਗ ਮਿਲੂਗੀ ਉਹ ਵੀ ਆਪਾਂ ਨੂੰ LED ਲਾਈਟ ਮਿਲੂਗੀ। ਬਾਕੀ ਜੇ ਦੋਈ ਦੇ ਆਪਾਂ ਦੇਖ ਪਿਛਲੇ ਵੀਡੀਓ 'ਚ ਤੁਹਾਨੂੰ ਦਿਖਾਈਆਂ ਨਹੀਂ ਤੀਆਂ, ਉਹ ਵੀ ਦਿਖਾਉਂਦੇ ਰਹਾਂਗੇ ਵੀ ਕਿਵੇਂ ਲਾਈਟ ਹੋ, ਕਿਹੜੀ ਲਾਈਟਿੰਗ ਆ। LED ਲਾਈਟ ਸਿਸਟਮ ਆ ਸਾਰਾ ਹੀ ਇਹਦਾ। ਜਿਹੜੀ ਇਹਦੀ ਟੈਂਕੀ ਆ ਡੀਜ਼ਲ ਵਾਲੀ ਉਹ ਵੀ ਤੁਹਾਨੂੰ ਮੈਂ ਦੱਸਿਆ ਤਾ ਨਾ ਵੀ ਪਰਲੇ ਪਾਸੇ ਤਾਂ ਪਹਿਲਾਂ ਦਿਖਾਈ ਆ, ਉਹ ਵੀ ਸਿਰਫ ਡੀਜ਼ਲ ਟੈਂਕ ਵੀ ਜਿਹੜਾ ਇਹਦੇ ਸ਼ੀਲਡ ਦੇ ਵਿੱਚੇ ਕਵਰ ਕਰਿਆ ਹੋਇਆ। ਦੇਖੋ ਕਿਤੇ ਵੀ ਕੋਈ ਡੀਜ਼ਲ ਜਾਂ ਕੁਛ ਵੀ ਚੋਰੀ ਹੋਣ ਦੇ ਚਾਂਸ ਬਹੁਤ ਘੱਟ ਆ, ਕਵਰ ਆ ਸਾਰਾ ਕੁਛ। ਬਾਕੀ ਜਿਹੜਾ ਤਾਂ ਗੇਅਰ ਆ, ਆਹ ਦੇਖੋ ਤੁਹਾਨੂੰ ਮੈਂ ਕੋਲ 'ਤੇ ਕਰਕੇ ਦਿਖਾਉਣਾ, ਜਿਹੜੀ ਦੀ ਗੇਅਰ ਆ ਆਹ ਲੱਗਿਆ ਆਪਣਾ 5ਵਾਂ ਗੇਅਰ, ਠੀਕ ਹੈ ਜੀ। ਉਹ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਸਿੰਗਲ ਲੀਵਰ ਆ, ਇਹ ਆਹ ਐਂਡ ਉਂਡ ਲੱਗੇ ਹੋਏ ਆ ਸਿੰਗਲ ਲੀਵਰ ਦੇ ਸਾਰੇ, ਜਿਵੇਂ ਐਂਡ ਆਪਣੇ ਗੱਡੀਆਂ ਕਾਰਾਂ ਟਰੈਕਟਰਾਂ 'ਚ ਹੁੰਦੇ ਆ ਕਟਾਈ ਵਾਸਤੇ। ਬਾਕੀ ਹੁਣ ਤੁਹਾਨੂੰ ਮੂਹਰੇ 'ਤੇ ਦਿਖਾਉਂਦੇ ਹਾਂ ਚੱਲ ਕੇ ਵੀ ਕੈਬਨ ਦੇ ਵਿੱਚ ਦੇ ਗੇਅਰ ਸਿੰਗਲ ਲੀਵਰ ਕਿੱਦਾਂ ਦਾ ਲੱਗਿਆ, ਤੁਸੀਂ ਵੀ ਕਮੈਂਟਾਂ 'ਚ ਜ਼ਰੂਰ ਦੱਸਿਓ। ਬਾਕੀ ਜਿਹੜੀ ਦੀ ਕੈਬਨ ਆ ਆਪਣੀ ਫਾਈਬਰ ਆ ਜਿਹੜੀ ਮੂਹਰੇ, ਇਹਦੇ ਵਿੱਚ ਆਪਾਂ ਨੂੰ ਅੱਗੇ ਜਿਹੜੀ LX ਮਾਡਲ ਆ ਉਹਦੇ ਨਾਲ ਦਾ ਹੀ ਹੁੰਦਾ, ਇਹਦੇ ਹੁਣ ਵਾਈਟ ਕਰਤਾ ਮੂਹਰੇ ਕਰਤਾਰ ਦਾ ਮਾਰਕ ਆ ਜਿਹੜਾ ਲਾਈਟ LED ਲਾਈਟਾਂ ਵਧੀਆ ਕੁਆਲਿਟੀ ਦੀਆਂ ਲਾਈਟਾਂ ਮਿਲਣਗੀਆਂ। ਚਲੋ ਹੁਣ ਤੁਹਾਨੂੰ ਕੈਬਨ 'ਚ ਲੈ ਕੇ ਚੱਲਦਾ। ਹੁਣ ਆਪਾਂ ਕੈਬਨ ਦੇ ਵਿੱਚ ਆ ਗਏ, ਇਹਦੇ ਕੈਬਨ ਦੇ ਵਿੱਚ ਜਿਵੇਂ ਰੈਵਰ ਟੂਲ ਬਾਕਸ, ਇਹ ਆਪਣੇ ਲੀਵਰ ਆ ਗਏ, ਠੀਕ ਹੈ ਜੀ। ਇਹ ਇੰਜਣ ਚੋਕ ਆ ਗਈ, ਬੰਦ ਇੰਜਣ ਬੰਦ, ਇੰਜਣ ਸਟੋਪ, ਇਹ ਆਪਣੇ ਲੀਵਰ ਵਗੈਰਾ ਆ ਗਏ, ਜਿਵੇਂ ਆਪਾਂ ਫਲੈਟ ਕਟਰ ਦਾਣੇ ਕੱਢਣੇ ਆ ਉਹਦੇ ਵਾਸਤੇ ਲੀਵਰ ਆ ਗਏ। ਜਿਹੜੀ ਇਹਦੀ ਸੀਟ ਆ ਇਹ ਦੂਜੀਆਂ ਨਾਲੋਂ LX, ਠੀਕ ਹੈ ਜੀ। ਉਹ ਤੋਂ ਬਾਅਦ ਹੁਣ ਆਪਾਂ ਆ ਜਾਈਏ ਸਟੇਅਰਿੰਗ 'ਤੇ। ਸਟੇਅਰਿੰਗ ਮੀਟਰ ਬਿਲਕੁਲ ਸੇਮ ਆ ਜਿਹੜੇ ਦੂਏ ਮਾਡਲਾਂ ਦੇ ਨਾਲ ਦੇ, ਐਡਜਸਟੇਬਲ ਜਿਹੜਾ ਸਟੇਅਰਿੰਗ ਐਡਜਸਟੇਬਲ ਆ ਉਹ ਵੀ ਸੇਮ ਆ। ਸਟੇਅਰਿੰਗ ਸਟੂਰਿੰਗ ਸਾਰ ਕੁਝ ਸੇਮ ਆ, ਬਸ ਇਹੀ ਫਰਕ ਆ ਵਿੱਚ ਜਿਹੜਾ ਫਰਕ ਪਾਇਆ ਸਿੰਗਲ ਲੀਵਰ। ਆ ਦੇਖੋ 5 ਗੇਅਰ ਅੱਗੇ ਵਾਲੇ, 1 ਬੈਕ, 6 ਗੇਅਰੀ ਮਸ਼ੀਨ ਆ ਇਹ, ਸਿੰਗਲ ਲੀਵਰ ਆ ਬਾਈ। ਆ ਦੇਖ ਲਓ ਜਿਵੇਂ ਤੁਸੀਂ ਜੌਂਡੀਅਰ ਦਾ ਦਿਖਾਏ ਤੇ ਤੁਹਾਨੂੰ ਆਪਾਂ ਨੇ ਉਹੀ ਸੇਮ ਟੂ ਸੇਮ ਉਹ ਆ ਜੌਂਡੀਅਰ ਕਮਾਇਆ ਤਾਂ, ਜਾਣੀ ਥੋੜ੍ਹੇ ਜਿਹੇ ਲੈਨ ਜੀ 'ਚ ਪੈਂਦੇ ਤੇ ABC ਜਿਵੇਂ ਟਰੈਕਟਰ ਦੇ ਹੁੰਦੇ ਤੇ ਆਪਣੇ ਪਹਿਲਾਂ।
ਬਾਕੀ ਉਹ ਤੋਂ ਬਾਅਦ ਸਿੰਗਲ ਲੀਵਰ ਆ ਤਾਂ ਸੇਮ ਆਪਣੇ ਲੀਵਰ ਆ ਜਿਹੜੇ ਰੇਸ ਵਾਲਾ ਲੀਵਰ ਆਪਣਾ ਉਹ ਦੇਖੋ ਛੋਟਾ ਜਿਹਾ ਲੀਵਰ ਲਾਤਾ ਜਿਹੜਾ ਐਕਸੀ। ਬਾਕੀ ਤੁਸੀਂ ਇਹ ਤਿੰਨ ਲੀਵਰ ਤਾਂ ਦੇਖੇ ਹੀ ਹੋਣੇ ਆ ਹਰ ਆਪਣੇ ਐਲ ਐਕਸ ਮਾਡਲ 'ਚ ਵੀ ਕਰਤਾਰ ਦੇ, ਠੀਕ ਹੈ ਜੀ, ਜੋ ਵੀ ਕੰਬਾਈਨਾਂ ਸਾਰੀਆਂ ਦੇ ਐਲ ਐਕਸ ਦੇਖੇ ਹੋਣ, ਪਰ ਜਿਹੜੇ ਆਹ ਲੀਵਰ ਲੱਗਿਆ ਹੋਇਆ ਤੁਸੀਂ ਹੁਣ ਦੇਖੋਗੇ ਵੀ ਕਾਹਦਾ ਹੈ, ਇਹ ਬਾਈ ਔਗਰ ਅਨਲੋਕ, ਇਹਦਾ ਮਤਲਬ ਵੀ ਜੇ ਖੋਲ੍ਹਣਾ ਹੈ ਹਾਈਡਰੋਲਿਕ ਔਗਰ ਹੈ ਜਿਹੜਾ, ਉਹਦਾ ਲੀਵਰ ਵੀ ਇਹਦੇ ਵਿੱਚੇ ਦਿੱਤਾ ਗਿਆ। ਇਹ ਸਿਸਟਮ ਬੜਾ ਵਧੀਆ ਦਿੱਤਾ ਜਿਹੜਾ ਕੰਪਨੀ ਨੇ। ਬਾਕੀ ਤੋਂ ਬਾਅਦ ਲਾਈਟਿੰਗ ਸੁੱਚ ਆ ਗਈ, ਚਾਰਜਿੰਗ ਪੁਆਇੰਟ ਆ ਗਿਆ, ਸਟਾਰਟਿੰਗ ਸੁੱਚ ਆ ਗਈ, ਫਿਊਜ ਆਪਣੇ ਉਹਦੇ ਆ ਗਏ, ਥਰੈਸਰ ਦੇ RPM ਆ ਗਏ, ਇੰਜਣ RPM ਆ ਗਿਆ, ਬੈਟਰੀ ਚਾਰਜ ਹੋ ਗਈ, ਠੀਕ ਹੈ ਜੀ। ਉਹ ਤੋਂ ਬਾਅਦ ਬਾਕੀ ਤਾਂ ਹੋਰ ਤਾਂ ਸੇਮੇ ਆ, ਬਾਸਕਟ ਲੀਵਰ ਇੱਧਰ ਦੇ ਤਾ ਇਹਦੇ, ਜਿਹੜਾ ਬਾਸਕਟ ਮੰਨ ਲਓ ਆਪਾਂ ਢਿੱਲੀ ਟਾਈਟ ਕਰਦੇ ਹਾਂ ਜਦ। ਬਾਕੀ ਕੰਪਨੀ ਕਹਿੰਦੀ ਇਹਦੇ ਮਿਊਜ਼ਿਕ ਸਿਸਟਮ ਲੱਗ ਕੇ ਮਿਲਦਾ, ਮਿਊਜ਼ਿਕ ਸਪੀਕਰ ਲੱਗੇ ਹੋਏ ਆ, ਛਤਰੀ ਦੇ ਵਿੱਚ ਫਿਟਿੰਗ ਆ ਕਰੀ ਹੋਈ। ਬਾਕੀ ਸਭ ਤੋਂ ਬੜੀ ਗੱਲ ਤਾਂ ਬਾਈ ਇਹ ਹੁੰਦੀ ਸੀ, ਅੱਗੇ ਨਾ ਆਪਾਂ ਮਸ਼ੀਨਾਂ ਪਰ ਜਾਂਦੇ ਤੇ ਆਪਾਂ ਨੂੰ ਰਾਤ ਨੂੰ ਲਾਈਟਿੰਗ 'ਚ ਦਿੱਕਤ ਆਉਂਦੀ, ਆ ਦੇਖੋ LED ਲਾਈਟ ਆਪਾਂ ਨੂੰ ਜਿਹੜੀ ਲੱਗੀ ਹੋਈ, ਫਿਟਿੰਗ ਮਿਲੂਗੀ ਪੂਰੀ, ਲਾਉਣ ਦੀ ਜ਼ਰੂਰਤ ਨਹੀਂ ਲੱਗ ਤੋਂ, ਕਨੈਕਟਰ ਸੀਟ ਹੋ ਗਈ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਇਹਦੇ ਔਗਰ 'ਤੇ, ਇਹ ਆ ਗਿਆ ਹੁਣ ਆਟੋਮੈਟਿਕ ਔਗਰ, ਜਿਹੜਾ ਹਾਈਡਰੋਲਿਕ ਔਗਰ ਕਹਿੰਦੇ ਨਾ ਆਪਾਂ, ਇਹ ਹਾਈਡਰੋਲਿਕ ਔਗਰ ਲੱਗਿਆ ਹੋਇਆ ਨਾ 41 ਇੰਚੀ ਕੰਬਾਈਨ ਨੂੰ ਪੂਰੀ, ਐਨ ਦੇਖੋ ਥੱਲੇ 'ਤੇ ਵੀ ਤੁਹਾਨੂੰ ਸਾਰਾ ਦਿਖਾਊਂਗਾ, ਇਹਦਾ ਜਿਹੜਾ ਗੇਅਰ ਲੱਗਿਆ ਹੋਇਆ ਇਹਨੂੰ ਐਨ ਪੂਰਾ ਕੰਪਲੀਟ ਕਰਕੇ, ਵਧੀਆ ਔਗਰ ਵੀ ਜਿਵੇਂ ਗ੍ਰੇ ਕਲਰ, ਸਾਰੀ ਮਸ਼ੀਨ ਆ ਜਿਹੜੀ ਆਪਾਂ ਨੂੰ ਇਹ ਹਰੇ ਕਲਰ 'ਚ ਮਿਲੂਗੀ। ਉਹ ਤੋਂ ਬਾਅਦ ਜਿਹੜਾ ਔਗਰ ਆ ਇਹ ਆਪਾਂ ਨੂੰ LX ਮਾਡਲ ਨਾ DLX ਮਾਡਲ ਦੇ ਗ੍ਰੇ ਕਲਰ 'ਚ ਮਿਲੂਗਾ, ਜਿਹੜੀਆਂ LED ਲਾਈਟਾਂ, ਪੂਰੀਆਂ LED ਲਾਈਟਾਂ ਜਿਹੜੀਆਂ ਉਹ ਪੂਰੀ ਤੁਹਾਨੂੰ ਉਹਦੇ ਵਿੱਚ ਮਿਲਣਗੀਆਂ, ਨਵੇਂ ਮਾਡਲ 'ਚ LED ਲਾਈਟ ਮਿਲੂਗੀ। ਉਹ ਤੋਂ ਬਾਅਦ ਏਅਰ ਫਿਲਟਰ ਆ ਗਿਆ, ਇੰਜਣ ਸੇਮ ਆ, 6 ਸਿਲੰਡਰ ਇੰਜਣ ਆ ਇਹਦੇ ਪਰ, ਜੇ 41 ਇੰਚੀ ਕੰਬਾਈਨ ਆ, ਇਹ ਨਹੀਂ ਹੈਗਾ ਵੀ ਇੰਜਣ ਛੋਟਾ। ਬਾਕੀ ਜਿਹੜਾ ਹਾਈਡਰੋਲਿਕ ਸਿਸਟਮ ਆ ਔਗਰ ਦਾ, ਆਹ ਲੱਗਿਆ ਹੋਇਆ ਉਹ ਮਕੈਨੀਕਲ ਜੈਕ, ਆਹ ਪਾਈਪਾਂ ਜਾਂਦੀਆਂ ਉਹਦੀਆਂ, ਇਹ ਜਿਹੜਾ ਖੋਲ੍ਹਣਾ ਬੰਦ ਕਰਨਾ ਸਾਰਾ ਜੈਕ ਦੀ ਕਰਾਮਾਤ ਆ ਉਹ। ਹਾਈਡਰੋਲਿਕ ਪੰਪ ਉਹ ਸੇਮ ਆ ਸਾਰੇ, ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਲੱਗਿਆ ਹੋਇਆ, ਠੀਕ ਹੈ ਜੀ। ਉਹ ਤੋਂ ਬਾਅਦ ਡੀਜ਼ਲ ਟੈਂਕ ਦੇਖ ਲਓ, ਐਂ ਜਮੀ ਰੇਡੀਏਟਰ ਦੇ ਨਾਲ ਕਵਰ ਕਰਤਾ ਲਿਆ ਕੇ, ਵੀ ਜੇ ਸ਼ੀਲਡ ਦੇ ਵਿੱਚ ਆ ਗਿਆ, ਆਟੋ ਕਲੀਨਰ ਆ ਇਹ ਵੀ ਉਹੀ ਜਿਹੜਾ ਨਵੀਂ ਕੰਬਾਈਨ ਦੇ ਆਪਾਂ ਨੂੰ ਨਵੇਂ ਮਾਡਲ ਦੇ ਵਿੱਚ ਆਟੋ ਕਲੀਨਰ, ਚਲੋ ਤਾਂ ਪਹਿਲਾਂ ਵੀ ਆਉਂਦੇ ਹੀ ਆ, ਪਰ ਇਹ ਵੀ ਹੁਣ ਆਪਾਂ ਨੂੰ ਆਟੋ ਕਲੀਨਰ 41 ਇੰਚੀ 'ਚ ਵੀ ਆਟੋ ਕਲੀਨਰ ਆ। ਹਾਈਡਰੋਲਿਕ ਟੈਂਕੀ ਲੱਗੀ ਹੋਈ ਇਹਦੀ। ਬਾਕੀ ਹੁਣ ਤੁਹਾਨੂੰ ਥੱਲੇ ਦੇ ਔਗਰ ਦਿਖਾਉਂਦੇ ਹਾਂ, ਇਹ 4 ਸਟਾਪ ਅੱਕਰ ਵਾਲੀ ਮਸ਼ੀਨ ਆ, ਆਹ ਦੇਖੋ 4 ਸਟਾਪ ਅੱਕਰ ਇਹਦੇ ਵਿੱਚ, ਛੋਟੀ ਕਹਿਣ ਦਾ ਭਾਵ ਮਤਲਬ ਛੋਟੀ ਕੰਬਾਈਨ ਆ ਇਹ। ਚਲੋ ਹੁਣ ਤੁਹਾਨੂੰ ਪੌੜੀ ਹੈ ਜਿਹੜੀ ਉਹ ਦਿਖਾਉਂਦੇ ਹਾਂ ਥੱਲੇ ਦੇ, ਕਿਵੇਂ ਖੁੱਲ੍ਹਦੀ ਹੈ ਕਿਵੇਂ ਬੰਦ ਹੁੰਦੀ ਆ। ਕੀ ਜਿਹੜਾ ਔਗਰ ਆ ਇਹਦੀ ਬਾਹਰ 'ਤੇ ਡਿਜ਼ਾਇਨਿੰਗ ਆ ਜਿਹੜੀ, ਇਹ ਥੱਲੇ ਜਿਹੜੀ ਆ ਹਰੀ ਹਰੀ ਸ਼ੇਡ ਦਿਖਦੀ ਤੁਹਾਨੂੰ, ਇਹ ਥੱਲੇ ਲੱਗ ਰਹਿਣੀ ਜਿਹੜਾ ਔਗਰ ਜਿਹਾ ਖੁੱਲ੍ਹਣਾ, ਆ ਉੱਪਰ ਵਾਲੇ ਜਿਹੜਾ ਕਰਤਾਰ DLX ਲਿਖਿਆ ਹੋਇਆ, ਇਹ ਪੂਰਾ ਔਗਰ ਦੇ ਨਾਲ ਖੁੱਲ੍ਹਣਾ। ਆਪਾਂ ਆਰਾਮ ਗਲਮ ਕਹਿਣ ਦਾ ਭਾਵ, ਜਿਵੇਂ ਟਰੱਕ ਟਰੁੱਕ 'ਚ ਦਾਣੇ ਪਾਉਣੇ ਹੁੰਦੇ ਆ, ਤਾਂ ਆਪਾਂ ਬੜੇ ਬਿੱਢਾਂ 'ਚ, ਹੁਣ ਤੁਹਾਨੂੰ ਪਤਾ ਵੀ ਬੜੇ ਬਿੱਢ ਹੋਣ ਲੱਗ ਗਏ, ਟਰੈਲੀਆਂ ਦੇ ਦਾਣੇ ਪਾਉਣ ਦਿੱਕਤ ਆਉਂਦੀ ਸੀ, ਤਾਂ ਆਪਾਂ ਆਰਾਮ ਗਿਆ ਪਾ ਸਕਦੇ ਹਾਂ। ਬਾਕੀ ਇਹ ਫੁੱਟ ਰੈਸਟ ਆ ਜਿਹੜਾ ਪੈਰ ਰੱਖਣ ਵਾਸਤੇ, ਇਹ ਵੀ LX ਮਾਡਲ ਦਾ ਵਧੀਆ ਲੱਗਦਾ ਲੱਗਿਆ ਹੋਇਆ। ਚਲੋ ਹੁਣ ਤੁਹਾਨੂੰ ਉੱਧਰ ਦੇ ਦਿਖਾਉਂਦੇ ਹਾਂ ਆਪਾਂ, ਜਿਹੜੇ ਇਹਦੇ ਮੁਰਲੇ ਟਾਇਰ ਆ, ਇਹ ਵੀ MRF ਦੇ ਟਾਇਰ ਆ, ਇਹ 41 ਇੰਚੀ ਨੂੰ ਵੀ। ਹੁਣ ਤੁਹਾਨੂੰ ਪੌੜੀ ਦਿਖਾਉਂਦੇ ਉੱਧਰ, ਜਿਹੜੀ ਰਹਿ ਗਿਆ ਆਪਣਾ ਸਿਸਟਮ, ਵੀ ਜਿਹੜੀ ਪੌੜੀ ਇਹਦੇ ਲੱਗੀ ਹੋਈ ਕਿਵੇਂ, ਵੀਰੇ ਖੋਲ੍ਹੀ ਮਾੜੀ ਜੀ ਪੌੜੀ, ਪੌੜੀ ਜਿਵੇਂ ਐਡਜਸਟੇਬਲ ਹੁੰਦੀ ਹੈ, ਇਹ ਵੀ ਪੌੜੀ ਵੀ ਇਕੱਠੀ ਹੁੰਦੀ ਆ। ਆਹ ਦੇਖੋ ਲੀਵਰ ਲੱਗਿਆ ਹੋਇਆ ਛੋਟਾ ਜਿਹਾ, ਆਪਾਂ ਜਿਹੜੇ ਤਿੰਨ ਫੋਡੇ ਆ ਇਹਦੇ, ਪਹਿਲੇ 3 ਫੋਡੇ, 1, 2, 3 ਫੋਡੇ ਆਪਾਂ ਕਹਿਣ ਦਾ ਭਾਵ ਮਤਲਬ ਫੋਲਡ ਕਰ ਸਕਦੇ ਹਾਂ। ਆਹ ਲਓ ਫੋਲਡ ਹੋ ਗਈ ਪੌੜੀ, ਜਿਵੇਂ ਆਪਾਂ ਬੈਕ ਬੁੱਕ ਕਰਦੇ ਹਾਂ ਤਾਂ ਉਹ 'ਚ ਦਿੱਕਤ ਨਹੀਂ ਆਉਂਦੀ ਹੈਗੀ। ਇਹਦਾ ਕਟਰ ਕਿੰਨਾ ਫੁੱਟ ਆ? 12 ਹੀ ਆ ਨਾ। ਬਾਕੀ ਮਸ਼ੀਨ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹਦੇ ਵਾਸਤੇ ਸੌਰੀ, ਅਗਲੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਫਿਰ ਉਹ ਵੀ ਆਪਾਂ। ਬਾਕੀ ਕਟਰ ਤਾਂ ਸੇਮ ਹੀ ਹੁੰਦੇ ਆ ਬਾਈ, ਜਾਣੀ ਮੰਨ ਲਓ ਕਹਿਣ ਦਾ ਭਾਵ ਇਹ 2 ਫੁੱਟ ਛੋਟਾ ਕਟਰ, ਜਿਵੇਂ ਇਹਦੇ ਸਟਾਪ ਅੱਕਰ 4 ਆ, ਇਹਦੇ ਕਟਰ ਫਿਰ ਉਨਾ ਮਾਲ ਵਿੱਚ ਜਿੰਨਾ ਜਾਊਗਾ ਛਣਾਈ ਨਾ ਕਰੂਗਾ, ਉਹਦੇ ਕਰਕੇ ਫਿਰ ਇਹਦਾ ਕਟਰ ਜਿਹੜਾ 12 ਫੁੱਟ ਕਟਰ ਦੇ ਨਾਲ ਆ ਇਹ 41 ਇੰਚੀ ਕੰਬਾਈਨ। ਚਲੋ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਜਿਹੜੀ ਆਪਾਂ ਨੇ ਹੁਣ ਤੁਸੀਂ ਕੰਬਾਈਨ ਦੇਖੀ ਆ, ਇਹਦਾ ਰਿਵਿਊ ਕਰਿਆ। ਇਹ ਹੈਗੀ ਆ ਕਰਤਾਰ DLX 41 ਇੰਚੀ ਕੰਬਾਈਨ, ਬਾਕੀ ਤੁਸੀਂ ਦੇਖੀ ਆ ਸਾਰਾ
ਕਰਤਾਰ 4000 LX ਮਾਡਲ ਜਿਹੜਾ ਤੁਹਾਨੂੰ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਤਾ, ਇਹ ਤੁਹਾਨੂੰ ਆਪਾਂ ਨੇ ਅੱਜ ਦਿਖਾਇਆ ਜਿਹੜਾ ਇਹ DLX ਮਾਡਲ ਆ, 41 ਇੰਚੀ ਮਸ਼ੀਨ ਆ। ਬਹੁਤ ਸਾਰੇ ਸਾਡੇ ਮਹਾਰਾਸ਼ਟਰ 'ਚ ਜਿਹੜੇ ਬਿੰਦੇ ਵੀਡੀਓ ਦੇਖਦੇ ਆ ਸਾਡੇ ਵੀਰ, ਬਹੁਤ ਉਹਨਾਂ ਦੀ ਡਿਮਾਂਡ ਤੀ ਬਾਈ ਜੀ 41 ਇੰਚੀ ਕਮੈਨ, ਛੋਟੀ ਕਮੈਨ ਦਿਖਾਓ, ਛੋਟੀ ਕਮੈਨ ਦਿਖਾਓ। ਲਓ ਜੀ ਬਾਈ, ਅੱਜ ਛੋਟੀ ਕਮੈਨ ਵੀ ਤੁਹਾਨੂੰ ਦਿਖਾਤੀ, ਵੀ ਕੰਪਨੀ ਵਾਲਿਆਂ ਦੇ ਕਹਿਣ ਦਾ ਮਤਲਬ ਸਿਰਾ ਕਰਾਇਆ ਪਿਆ। ਜਿਹੜਾ ਔਗਰ ਆਪਣਾ ਆਟੋਮੈਟਿਕ ਔਗਰ, ਉਹ ਔਗਰ ਚਾਹੇ ਉਹ ਦੇਖੋ ਜਿਹੜੀ ਉਹ ਸ਼ਿਲਡ ਉੱਪਰ ਗਰੇਜੀ ਉਹ ਲੱਗ ਕੇ ਸਾਰੀ, ਉਹ ਮਤਲਬ ਕਹਿਣ ਦਾ ਭਾਵ ਅੱਗੇ ਜਾ ਕੇ ਲੱਗਣੀ ਜਿਵੇਂ ਆਪਾਂ ਮਸ਼ੀਨ ਨੂੰ ਲਾਉਂਦੇ ਹਾਂ। ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਚਲੋ ਠੀਕ ਹੈ ਜੀ, ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।